ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਮੈਂ ਤੁਹਾਡੇ ਨਾਲ ਮਨਪ੍ਰੀਤ ਖੁੱਲਰ। ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਅਤੇ ਇੱਕ ਖਬਰ ਜਿਹੜੀ ਬਹੁਤ ਦਿਨਾਂ ਤੋਂ ਵਾਇਰਲ ਹੋ ਰਹੀ ਹੈ, ਬਹੁਤ ਚਰਚਾਵਾਂ ਦਾ ਵਿਸ਼ਾ ਬਣੀ ਹੋਈ ਹੈ। ਇੰਸਟਾਗ੍ਰਾਮ ਖੋਲਦੇ ਹਾਂ, ਫੇਸਬੁੱਕ ਖੋਲਦੇ ਹਾਂ ਜਾਂ ਵਟਸਐਪ ਸਟੇਟਸ ਚੈੱਕ ਕਰਦੇ ਹਾਂ ਤਾਂ ਇੱਕ ਹੀ ਨਿਊਜ਼ ਅਸੀਂ ਦੇਖ ਰਹੇ ਹਾਂ ਬਹੁਤ ਦਿਨਾਂ ਤੋਂ, ਉਹ ਹੈ ਹੀਨਾ ਖਾਨ ਦਾ ਬ੍ਰੈਸਟ ਕੈਂਸਰ। ਹੀਨਾ ਖਾਨ ਨੂੰ ਥਰਡ ਸਟੇਜ ਬ੍ਰੈਸਟ ਕੈਂਸਰ ਹੈ, ਜਿਸ ਦੇ ਬਾਵਜੂਦ ਹੀਨਾ ਟਾਈਮ ਟੂ ਟਾਈਮ ਆਪਣੇ ਫੈਨਸ ਨੂੰ ਵੀ ਹੌਸਲਾ ਦੇਣ ਦਾ ਦਾਅਵਾ ਕਰ ਰਹੀ ਹੈ, ਉਹਨਾਂ ਨੂੰ ਸਟਰੋਂਗ ਰਹਿਣ ਦੇ ਲਈ ਕਹਿ ਰਹੀ ਹੈ, ਹਾਲਾਂਕਿ ਪ੍ਰੋਬਲਮ ਦੇ ਨਾਲ ਖੁਦ ਜੂਝ ਰਹੀ ਹੈ। ਸੋ ਹੀਨਾ ਦੀਆਂ ਲਗਾਤਾਰ ਜਦੋਂ ਤੋਂ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੋਣੀਆਂ ਸ਼ੁਰੂ ਹੋਈਆਂ ਨੇ, ਫੈਨਸ ਬਹੁਤ ਜ਼ਿਆਦਾ ਸਦਮੇ 'ਚ ਨੇ। ਅਤੇ ਬਾਲੀਵੁੱਡ ਸੈਲੀਬ੍ਰਿਟੀਜ਼ ਤੋਂ ਲੈ ਕੇ ਟੀਵੀ ਇੰਡਸਟਰੀ ਦੇ ਕਲਾਕਾਰਾਂ ਤੋਂ ਲੈ ਕੇ ਪੰਜਾਬੀ ਇੰਡਸਟਰੀ ਦੇ ਕਲਾਕਾਰਾਂ ਤੱਕ ਹੀਨਾ ਨੂੰ ਵਾਰੀਅਰ ਅਤੇ ਬ੍ਰੇਵ ਦਾ ਟੈਗ ਦਿੱਤਾ ਜਾ ਰਿਹਾ। ਹੀਨਾ ਖਾਨ ਬਹੁਤ ਸਟਰੋਂਗ ਹੈ, ਜਿਸ ਦੇ ਲਈ ਅਸੀਂ ਇਹ ਕਹਿ ਸਕਦੇ ਹਾਂ ਕਿ ਹੀਨਾ ਨੇ ਅਵਾਰਡ ਫੰਕਸ਼ਨਸ ਦੇ ਦੌਰਾਨ ਜਦੋਂ ਹੀਨਾ ਪਹੁੰਚਦੀ ਹੈ ਤਾਂ ਉਦੋਂ ਵੀ ਹੀਨਾ ਨੂੰ ਪਤਾ ਹੁੰਦਾ ਹੈ ਕਿ ਉਹਨਾਂ ਨੂੰ ਬ੍ਰੈਸਟ ਕੈਂਸਰ ਹੈ, ਪਰ ਉਸਦੇ ਬਾਵਜੂਦ ਵੀ ਕਿੰਨਾ ਸਟਰੋਂਗਲੀ ਜੋ ਹੈ ਆਪਣਾ ਈਵੈਂਟ ਅਟੈਂਡ ਕਰਕੇ ਵਾਪਸ ਆਉਂਦੇ ਹੈ। ਕਿਆ ਪਤਾ ਕਿੰਨੇ ਈਵੈਂਟਸ ਦੇ ਦੌਰਾਨ, ਕਿੰਨੀਆਂ ਸ਼ੂਟਿੰਗਸ ਦੇ ਦੌਰਾਨ ਹੀਨਾ ਨੂੰ ਪਤਾ ਹੋਵੇ ਪਰ ਹੀਨਾ ਨੇ ਕਦੇ ਸ਼ੋਕੇਸ ਨਾ ਕੀਤਾ ਹੋਵੇ, ਟ੍ਰੀਟਮੈਂਟ ਚੱਲ ਰਿਹਾ ਹੋਵੇ। ਪਰ ਹੁਣ ਹੀਨਾ ਦੇ ਕੀਮੋ ਸੈਸ਼ਨ ਸ਼ੁਰੂ ਹੋ ਗਏ ਨੇ, ਜਿਸ ਤੋਂ ਬਾਅਦ ਹੀਨਾ ਨੇ ਅੱਜ ਇੱਕ ਐਸੀ ਵੀਡੀਓ ਸਾਂਝੀ ਕੀਤੀ ਹੈ ਜੋ ਕਿ ਭਾਵੁਕ ਕਰ ਰਹੀ ਹੈ ਸਭ ਨੂੰ। ਹੀਨਾ ਦੇ ਮਦਰ ਰੋਂਦੇ ਹੋਏ ਨਜ਼ਰ ਆ ਰਹੇ ਨੇ। ਕੀਮੋ ਸੈਸ਼ਨ ਫਸਟ ਹੋਣ ਤੋਂ ਬਾਅਦ ਹੀਨਾ ਨੇ ਅੱਜ ਆਪਣੇ ਵਾਲ ਖੁਦ ਕੱਟੇ ਨੇ, ਉਹਨਾਂ ਦੀ ਜਿਹੜੀ ਕਟਿੰਗ ਕਰਦਿਆਂ ਦੀ ਵੀਡੀਓ ਹੈ ਉਹ ਵਾਇਰਲ ਹੋ ਰਹੀ ਹੈ ਲਗਾਤਾਰ। ਅਤੇ ਜਿਸ ਦੇ ਬਾਵਜੂਦ ਵੀ ਹੀਨਾ ਫਿਰ ਹੱਸਦੀ ਹੋਈ ਨਜ਼ਰ ਆ ਰਹੀ, ਉਸਦੇ ਚਿਹਰੇ 'ਤੇ ਇੱਕ ਮੁਸਕਾਨ ਤਾਂ ਜ਼ਰੂਰ ਹੈ ਪਰ ਉਸਦੇ ਅੰਦਰ ਜਿਹੜਾ ਦਰਦ ਹੈ ਉਹ ਸਾਫ਼ ਉਸਦੇ ਫੇਸ 'ਤੇ ਝਲਕ ਰਿਹਾ। ਬਹੁਤ ਸਟਰੋਂਗ ਹੈ ਹੀਨਾ ਖਾਨ। ਹੀਨਾ ਨੇ ਇਹ ਵੀ ਕਿਹਾ ਕਿ ਉਹ ਆਪਣੇ ਵਾਲਾਂ ਦਾ ਹੀ ਵਿੱਗ ਬਣਾ ਕੇ ਆਪਣੇ ਕੰਮ ਨੂੰ ਕੰਟੀਨਿਊ ਕਰੇਗੀ। ਸੋ ਇੰਨੀ ਸਟਰੋਂਗ ਹੋਣ ਦੇ ਬਾਵਜੂਦ ਹੀਨਾ ਆਪਣੇ ਫੈਨਸ ਨੂੰ ਵੀ ਸਟਰੋਂਗ ਰਹਿਣ ਦੇ ਲਈ ਕਹਿ ਰਹੀ ਹੈ, ਔਰ ਨਾਲ ਦੀ ਨਾਲ ਦੁਆਵਾਂ ਦਾ ਵੀ ਕਹਿ ਰਹੀ ਹੈ ਕਿ ਤੁਸੀਂ ਸਾਰੇ ਪ੍ਰੇਅਰਸ ਕਰੋ ਕਿ ਮੈਂ ਜਲਦ ਤੋਂ ਜਲਦ ਇਸ ਪ੍ਰੋਬਲਮ 'ਚੋਂ ਬਾਹਰ ਨਿਕਲ ਜਾਂ। ਸੋ ਬਹੁਤ ਸਾਰੇ ਆਪਣੇ ਅਜਿਹੇ ਕਲਾਕਾਰ ਨੇ ਜਿਹੜੇ ਕੈਂਸਰ ਦਾ ਸ਼ਿਕਾਰ ਹੋਏ ਨੇ, ਚਾਹੇ ਉਹ ਬਾਲੀਵੁੱਡ ਕਲਾਕਾਰ ਹੋਣ ਜਾਂ ਫਿਰ ਟੀਵੀ ਇੰਡਸਟਰੀ ਦੇ ਕਲਾਕਾਰ ਹੋਣ। ਅੱਜ ਤੁਹਾਡੇ ਨਾਲ ਇੱਕ ਲਿਸਟ ਅਸੀਂ ਸਾਂਝੀ ਕਰਾਂਗੇ ਜਿਨ੍ਹਾਂ ਦੇ ਵਿੱਚੋਂ 2018 ਦੇ ਵਿੱਚ ਸੋਨਾਲੀ ਬਿੰਦਰੇ ਨੂੰ ਕੈਂਸਰ ਹੁੰਦਾ। ਸੋਨਾਲੀ ਬਿੰਦਰੇ ਕਾਫੀ ਟਾਈਮ ਉਹਨਾਂ ਦਾ ਨਿਊਯਾਰਕ ਦੇ ਵਿੱਚ ਟ੍ਰੀਟਮੈਂਟ ਚੱਲਦਾ ਰਿਹਾ। ਇੰਡੀਆ ਦੇ ਡਾਕਟਰਸ ਨੇ ਤਾਂ ਸੋਨਾਲੀ ਬਿੰਦਰੇ ਨੂੰ ਜਵਾਬ ਦੇ ਦਿੱਤਾ, ਲੇਕਿਨ ਜਦੋਂ ਸੋਨਾਲੀ ਨਿਊਯਾਰਕ ਜਾ ਕੇ ਆਪਣਾ ਟ੍ਰੀਟਮੈਂਟ ਕਰਾਉਂਦੇ ਨੇ, ਘੱਟੋ ਘੱਟ ਵੀ ਉਹਨਾਂ ਦਾ ਟ੍ਰੀਟਮੈਂਟ ਇੱਕ ਸਾਲ ਚੱਲਦਾ, ਤਾਂ ਸੋਨਾਲੀ ਵਾਪਸ ਤੋਂ ਸਟਰੋਂਗਲੀ ਆਪਣੇ ਕੰਮ ਦੇ ਵਿੱਚ ਨਜ਼ਰ ਆ ਰਹੇ ਨੇ। ਅੱਜ ਦੇ ਟਾਈਮ 'ਤੇ ਅਗਰ ਅਸੀਂ ਦੇਖੀਏ ਸੋਨਾਲੀ ਰਿਐਲਿਟੀ ਸ਼ੋਅਜ਼ ਦੇ ਵਿੱਚ ਵੀ ਕੰਮ ਕਰਦੇ ਹੋਏ ਨਜ਼ਰ ਆ ਰਹੇ ਨੇ। ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਲੀਜ਼ਾ ਰੇ ਦੀ। ਲੀਜ਼ਾ ਰੇ ਵੀ ਕੈਂਸਰ ਦਾ ਸ਼ਿਕਾਰ ਰਹਿ ਚੁੱਕੇ ਨੇ। ਮਨੀਸ਼ਾ ਕੋਰੀਆਲਾ ਇਹ ਵੀ ਜੋ ਨੇ ਕੈਂਸਰ ਦਾ ਸ਼ਿਕਾਰ ਰਹਿ ਚੁੱਕੇ ਨੇ। ਸੰਜੇ ਦੱਤ, ਇਹਨਾਂ ਨੂੰ ਵੀ ਕੈਂਸਰ ਸੀਗਾ, ਲੇਕਿਨ ਉਸਦੇ ਬਾਵਜੂਦ ਵੀ ਇੰਨੀ ਸਟਰੋਂਗਲੀ ਆਪਣੇ ਆਪ ਨੂੰ ਟੈਕਲ ਕਰਕੇ, ਆਪਣੇ ਆਪ ਨੂੰ ਮੈਨੇਜ ਕਰਕੇ, ਆਪਣੇ ਆਪ ਨੂੰ ਮੋਟੀਵੇਟਿਡ ਰੱਖ ਕੇ ਆਪਣਾ ਕੰਮ ਕਰਦੇ ਹੋਏ ਨਜ਼ਰ ਆਉਂਦੇ ਨੇ। ਅਨੁਰਾਗ ਬਾਸੂ, ਤਾਇਰਾ ਕਸ਼ਪ, ਯੈਸ, ਇਹਨਾਂ ਨੂੰ ਵੀ ਕੈਂਸਰ ਸੀਗਾ, ਜਿਸ ਦੇ ਬਾਵਜੂਦ ਇਹਨਾਂ ਨੇ ਬੜਾ ਸਟਰੋਂਗਲੀ ਸਾਰੀਆਂ ਚੀਜ਼ਾਂ ਨੂੰ ਬੀਟ ਕਰਕੇ ਆਪਣੇ ਕੰਮ 'ਚ ਨਜ਼ਰ ਆਏ। ਰਾਕੇਸ਼ ਰੋਸ਼ਨ, ਇਹਨਾਂ ਨੂੰ ਵੀ ਕੈਂਸਰ ਸੀਗਾ। ਇਰਫਾਨ ਖਾਨ ਵੀ ਕੈਂਸਰ ਦਾ ਸ਼ਿਕਾਰ ਰਹਿ ਚੁੱਕੇ ਨੇ। ਆਪਣੇ ਕ੍ਰਿਕਟਰ ਯੁਵਰਾਜ ਸਿੰਘ, ਉਹ ਵੀ ਕੈਂਸਰ ਦਾ ਸ਼ਿਕਾਰ ਰਹਿ ਚੁੱਕੇ ਨੇ। ਰਿਸ਼ੀ ਕਪੂਰ ਦੀ ਅਗਰ ਡੈਥ ਹੁੰਦੀ ਹੈ ਤਾਂ ਉਹ ਵੀ ਕੈਂਸਰ ਦੇ ਕਰਕੇ ਹੀ ਹੁੰਦੀ ਹੈ। ਲਗਾਤਾਰ ਉਹਨਾਂ ਦਾ ਟ੍ਰੀਟਮੈਂਟ ਵੀ ਚੱਲਦਾ ਰਿਹਾ, ਲੇਕਿਨ ਕੈਂਸਰ ਨੂੰ ਨਹੀਂ ਮਾਤ ਪਾ ਸਕੇ ਅਤੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਕਿਰਨ ਖੇਰ, 2021 ਦੇ ਵਿੱਚ ਇਹਨਾਂ ਨੂੰ ਵੀ ਕੈਂਸਰ ਹੁੰਦਾ, ਬਲੱਡ ਕੈਂਸਰ ਹੁੰਦਾ, ਜਿਸ ਦੇ ਬਾਵਜੂਦ ਵੀ ਕਿਰਨ ਬਹੁਤ ਜ਼ਿਆਦਾ ਸਟਰੋਂਗਲੀ ਰਹਿ ਕੇ ਅੱਜ ਵੀ ਰਿਐਲਿਟੀ ਸ਼ੋਅਜ਼ ਦੇ ਵਿੱਚ ਜੱਜ ਕਰਦੇ ਨੇ ਆਪਣੇ ਸ਼ੋਅਜ਼ ਨੂੰ, ਜਾਂ ਫਿਰ ਅਸੀਂ ਕਹਿ ਰਹੀਏ ਪੋਲੀਟੀਕਲੀ ਪਾਰਟੀਜ਼ ਦੇ ਨਾਲ ਵੀ ਡੀਲ ਕਰਦੇ ਨਜ਼ਰ ਆਉਂਦੇ ਨੇ। ਅਤੇ ਨਾਲ ਵਿਨੋਦ ਖੰਨਾ ਜੀ, ਇਹ ਵੀ ਕੈਂਸਰ ਦੇ ਕਰਕੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਫਿਰੋਜ਼ ਖਾਨ, ਆਪਣੇ ਪੰਜਾਬੀ ਇੰਡਸਟਰੀ ਵਾਲੇ ਫਿਰੋਜ਼ ਖਾਨ ਨਹੀਂ,
ਬਲਕਿ ਫਿਰੋਜ਼ ਖਾਨ ਜਿਹੜੇ ਬਾਲੀਵੁੱਡ ਕਲਾਕਾਰ ਨੇ, ਮੁਮਤਾਜ਼ ਇਹ ਵੀ ਕੈਂਸਰ ਦਾ ਸ਼ਿਕਾਰ ਰਹਿ ਚੁੱਕੇ ਨੇ, ਰਜਿੰਦਰ ਕੁਮਾਰ, ਸਿੰਪਲ ਕਬਾੜੀਆ ਇਹਨਾਂ ਇਹ ਵੀ ਜੋ ਨੇ ਰਹਿ ਚੁੱਕੇ ਨੇ ਕੈਂਸਰ ਦਾ ਸ਼ਿਕਾਰ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦਿੰਦੇ ਹਾਂ ਕਿ ਸੌਰਵ ਗਾਂਗੁਲੀ ਆਪਣੇ ਕ੍ਰਿਕਟਰ, ਸੋ ਇਹ ਲਿਸਟ ਜਿਹੜੀ ਬਹੁਤ ਵੱਡੀ ਹੈ, ਹਰ ਕਿਸੇ ਦੇ ਫੈਨਸ ਨੇ ਦੁਨੀਆ ਭਰ ਦੇ ਵਿੱਚ ਇਹਨਾਂ ਲੋਕਾਂ ਨੂੰ ਪਿਆਰ ਕੀਤਾ ਜਾਂਦਾ ਨੇ, ਕਈਆਂ ਦੀਆਂ ਦੁਆਵਾਂ ਕੰਮ ਕਰ ਜਾਂਦੀਆਂ ਨੇ ਅਤੇ ਕਈ ਜੋ ਨੇ ਸਟਰੋਂਗਲੀ ਆਪਣੇ ਆਪ ਨੂੰ ਹੈਂਡਲ ਕਰਕੇ ਅੱਗੇ ਵੱਧਦੇ ਨੇ। ਸੋ ਉਮੀਦ ਕਰਦੇ ਹਾਂ ਕਿ ਹੀਨਾ ਖਾਨ ਵੀ ਜਲਦ ਤੋਂ ਜਲਦ ਜੋ ਨੇ ਠੀਕ ਹੋਣ ਅਤੇ ਆਪਣੇ ਕੰਮ 'ਤੇ ਵਾਪਸੀ ਕਰਨ, ਤਾਂ ਜੋ ਹਰ ਕੋਈ ਉਹਨਾਂ ਨੂੰ ਪਿਆਰ ਕਰੇ, ਹਰ ਕੋਈ ਉਹਨਾਂ ਨੂੰ ਵਾਪਸੀ ਦੇ ਬਾਅਦ ਹਰ ਕੋਈ ਉਹਨਾਂ ਨੂੰ ਹੋਰ ਜ਼ਿਆਦਾ ਮੋਟੀਵੇਟ ਕਰੇ, ਤਾਂ ਕਿ ਹੀਨਾ ਆਪਣੀ ਐਕਟਿੰਗ ਦੇ ਨਾਲ ਹਰ ਕਿਸੇ ਨੂੰ ਐਂਟਰਟੇਨ ਕਰ ਸਕੇ। ਅਤੇ ਹੀਨਾ ਖਾਨ ਦੇ ਕੰਮ ਦੀ ਜੇਕਰ ਗੱਲ ਕਰੀਏ ਤਾਂ ਹੀਨਾ ਨੇ ਪੰਜਾਬੀ ਇੰਡਸਟਰੀ ਦੇ ਵਿੱਚ ਹਾਲ ਹੀ ਦੇ ਵਿੱਚ ਸੰਦਰਸ਼ਨ ਦਾ ਨੋ ਪਾਪਾ ਫਿਲਮ ਦੇ ਵਿੱਚ ਕੰਮ ਕੀਤਾ। ਇਸ ਤੋਂ ਪਹਿਲਾਂ ਹੀਨਾ ਟੀਵੀ ਦੇ ਵਿੱਚ ਬਹੁਤ ਕੰਮ ਕਰ ਚੁੱਕੇ ਨੇ, ਬਾਲੀਵੁੱਡ 'ਚ ਵੀ ਆਪਣਾ ਸਿੱਕਾ ਅਜ਼ਮਾ ਚੁੱਕੇ ਨੇ। ਸੋ ਹੀਨਾ, ਤੁਹਾਨੂੰ ਪਰਮਾਤਮਾ ਕਰੇ ਜਲਦੀ ਤੁਸੀਂ ਠੀਕ ਹੋਵੋ, ਅਤੇ ਜਿਹੜੀਆਂ ਤੁਸੀਂ ਵੀਡੀਓਜ਼ ਲਗਾਤਾਰ ਸ਼ੇਅਰ ਕਰ ਰਹੇ ਹੋ, ਤੁਹਾਡੇ ਫੈਨਸ ਤੁਹਾਡੇ ਲਈ ਲਗਾਤਾਰ ਦੁਆਵਾਂ ਕਰ ਰਹੇ ਨੇ। ਸੋ ਅਸੀਂ ਵੀ ਉਮੀਦ ਕਰਦੇ ਹਾਂ ਕਿ ਹੀਨਾ ਜਲਦ ਤੋਂ ਜਲਦ ਠੀਕ ਹੋ ਕੇ ਆਪਣੇ ਕੰਮ 'ਤੇ ਵਾਪਸੀ ਕਰਨ। ਧੰਨਵਾਦ।